ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਗਏ। ਜਦੋਂ ਬਗਦਾਦ ਗਏ, ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਗੜ੍ਹ ਖਵਾਉਂਦਾ ਹੈ। ਤਾਂਹੀਓ ਭਾਈ ਗੁਰਦਾਸ ਜੀ ਨੇ ਕਿਹਾ ਗੜ੍ਹ ਬਗਦਾਦ ਨਵਾਏ ਗਏ। ਪੀਰਾਂ ਦਾ ਗੜ੍ਹ ਸੀ ਬਗਦਾਦ। ਜਦੋਂ ਪਾਤਸ਼ਾਹ ਬਗਦਾਦ ਗਏ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਗਦਾਦ ਦੇ ਬਾਹਰ ਬਾਹਰ ਜਾ ਕੇ ਡੇਰਾ ਕੀਤਾ। ਸ਼ੀਆਂ ਅਤੇ ਸੁੰਨੀਆਂ ਦਾ ਅਲੱਗ ਹੈ, ਤੁਹਾਨੂੰ ਪਤਾ ਹੈ ਬਗਦਾਦ ਜਿਹੜੇ ਨੇ ਉਹ ਸਾਰੇ ਸੁੰਨੀ ਨੇ। ਜਦੋਂ ਉੱਥੇ ਪਾਤਸ਼ਾਹ ਨੇ ਬਾਰ ਬਾਰ ਡੇਰਾ ਕੀਤਾ, ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ। ਬਾਹਰ ਜਾਏ ਕੀਆ ਅਸਥਾਨਾ, ਸ਼ਹਿਰ ਤੋਂ ਬਾਹਰ ਬਾਰ ਡੇਰਾ ਲਾ ਲਿਆ, ਬਹਿ ਗਏ। ਜਦੋਂ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਨਾ ਸਵੇਰ ਦਾ, ਪੂਰੇ ਬਗਦਾਦ ਦੇ ਲੋਕ ਸੁੱਤੇ ਨੇ, ਅਜੇ ਨਮਾਜ਼ ਅਦਾ ਹੋਣੀ ਹੈ, ਅੰਮ੍ਰਿਤ ਵੇਲਾ ਹੋਇਆ। ਪਾਤਸ਼ਾਹ ਨੇ ਕਿਹਾ ਮਰਦਾਨਿਆ ਰਬਾਬ ਛੇੜ, ਆਪਾਂ ਖੁਦਾ ਦੀ ਵਾਂਗ ਦਈਏ। ਭਾਈ ਮਰਦਾਨੇ ਰਬਾਬ ਛੇੜੀ, ਪਾਤਸ਼ਾਹ ਬਗਦਾਦ ਦੇ ਬਾਹਰ ਬੈਠਿਆਂ ਬੋਲੇ ਇੱਕ ਓਂਕਾਰ ਸਤਿਨਾਮ। ਪੂਰੇ ਬਗਦਾਦ ਵਿੱਚ ਸੁੰਨ ਪੈ ਗਈ, ਹੈਰਾਨ ਹੋ ਗਏ ਕੌਣ ਗਾ ਰਿਹਾ। ਜਿੰਨੇ ਕਾਜੀ ਹਾਜੀ ਇਕੱਠੇ ਹੋ ਗਏ ਉਸ ਵਕਤ, ਜਿੰਨੇ ਪੀਰ ਸਨ ਇਕੱਠੇ ਹੋ ਗਏ ਉਸ ਵਕਤ, ਕੌਣ ਗਾ ਰਿਹਾ। ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ, ਇਹ ਗਾਉਣ ਵਾਲੇ ਨੇ ਨਗਰੀ ਸੁੰਨ ਕਰ ਦਿੱਤੀ। ਸ਼ਬਦ ਦੀ ਇੰਨੀ ਵੱਡੀ ਤਾਕਤ, ਲੋਕ ਸੁੰਨ ਹੋ ਗਏ ਸੁਣ ਕੇ। ਉਹ ਇਕੱਠੇ ਹੋ ਕੇ ਆਏ, ਪੀਰ ਦਸਤਗੀਰ ਨੇ ਆਪਣੇ ਮੁਰੀਦ ਘੱਲੇ, ਜਾਓ ਪੁੱਛੋ ਕੌਣ ਹੈ। ਉਹਨਾਂ ਜਾ ਕੇ ਦੱਸਿਆ, ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਨੇ ਅਕਾਲ ਰੂਪ ਕਲਯੁਗ ਦੇ ਅਵਤਾਰ, ਨਾਲ ਉਹਨਾਂ ਦੇ ਭਾਈ ਮਰਦਾਨੇ, ਉਹ ਗਾ ਰਹੇ ਨੇ। ਪੁੱਛਿਆ ਪੀਰ ਦਸਤਗੀਰ ਨੇ ਕੌਣ ਹੈ, ਇਹਦਾ ਘਰਾਣਾ ਕੌਣ ਹੈ। ਉਹ ਦੱਸਣ ਵਾਲਿਆਂ ਕਿਹਾ ਜੀ ਗੁਰੂ ਨਾਨਕ ਆਏ ਨੇ। ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਨੇ। ਇਸੇ ਵਕਤ ਪੀਰ ਮੁਰੀਦ ਕਾਜੀ ਇਕੱਠੇ ਕਰੋ, ਬਾਬੇ ਨਾਨਕ ਨੂੰ ਹੁਣੇ ਇਸੇ ਵਕਤ ਤਲਬ ਕੀਤਾ ਜਾਏਗਾ। ਗਲਤੀਆਂ ਕਿਹੜੀਆਂ ਨੇ? ਪਹਿਲੀ ਗੱਲ, ਬਗਦਾਦ ਦੇ ਅੰਦਰ ਨਮਾਜ਼ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਹੈ, ਅਤੇ ਦੂਜੀ ਗੱਲ, ਸਾਡੇ ਬਗਦਾਦ ਵਿੱਚ ਸਾਜ ਮਨਾਉਣ ਵਜਾਉਣਾ ਮਨੈ, ਉਹ ਰਬਾਬ ਵਜਾ ਕੇ ਗਾ ਰਿਹਾ। ਇੱਥੇ ਸਾਜ ਨਾਲ ਗਾਉਣਾ, ਸਾਜ ਵਜਾਉਣਾ ਮਨਾ ਹੈ, ਉਹ ਸਾਜ ਵਜਾ ਕੇ ਗਾ ਰਿਹਾ। ਇਕੱਠੇ ਹੋ ਗਏ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਏ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ, ਹੱਥਾਂ ਵਿੱਚ ਵੱਟੇ ਪਕੜੇ ਹੋਏ ਨੇ। ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਨਕ। ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ ਸਕੇ, ਕਿਉਂਕਿ ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਦੀ ਝਾਲ ਕੋਈ ਝੱਲ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਪਰ ਤੱਕ ਰੱਬ ਨਿਰੰਕਾਰ ਰੂਪ ਨੇ। ਬਾਬੇ ਨਾਨਕ ਅੱਗੇ ਤਾਂ 300-300 ਸਾਲ ਦੀ ਉਮਰ ਦੇ ਜੋਗੀ, ਰਿਧੀਆਂ ਸਿੱਧੀਆਂ ਕਰਾਮਾਤਾਂ ਵਾਲੇ, ਜਿਹੜੇ ਖੜੇ ਖਲੋਤੇ ਮੰਤਰ ਪੜ੍ਹ ਕੇ ਰੂਪ ਬਦਲ ਲੈਂਦੇ ਸੀ, ਉਹਨਾਂ ਦੀ ਪੇਸ਼ ਨਹੀਂ ਚੱਲੀ ਗੁਰੂ ਨਾਨਕ ਸਾਹਿਬ ਮਹਾਰਾਜ। ਗੁਰੂ ਨਾਨਕ ਸਾਹਿਬ ਦੀ ਚਾਲ ਕੌਣ ਝੱਲ ਸਕਦਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪੱਥਰ ਲੈ ਕੇ ਆ ਗਏ ਬਗਦਾਦ ਦੇ ਪੀਰ। ਜਦੋਂ ਮੁਰੀਦਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ, ਤੇ ਫਿਰ ਨਾਲ ਦਸਤਗੀਰ ਵੀ ਆ ਗਿਆ। ਪਾਤਸ਼ਾਹ ਨੇ ਹੁਣ ਜਿਹੜੀ ਬਾਂਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ, ਉਹ ਬੜੀ ਅਨੋਖੀ ਸੀ।
ਜਦੋਂ ਸਾਰੇ ਇਕੱਠੇ ਹੋ ਗਏ ਨਾ, ਇਤਰਾਜ਼ ਤਾਂ ਉਹਨਾਂ ਨੂੰ ਇਹ ਸੀ, ਫਿਰ ਰਬਾਬ ਨਾਲ ਕਿਉਂ ਗਾਉਂਦੇ ਨੇ? ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ। ਪਾਤਸ਼ਾਹ ਨੇ ਫਿਰ ਕੀ ਕਿਹਾ ਸੁਣਿਓ। ਹਜ਼ੂਰ ਉੱਚੀ ਆਵਾਜ਼ ਚ ਬੋਲੇ, ਕਹਿੰਦੇ ਪਾਤਾਲਾ ਪਾਤਾਲ ਲੱਖ। ਹਜ਼ੂਰ ਨੇ ਉੱਚੀ ਸੁਰ ਵਿੱਚ ਬੰਦ ਪਾਤਾਲਾ ਪਾਤਾਲ ਲੱਖ ਆਗਾਸ ਪੜੋ ਓੜ ਕੋੜ ਕਪਾਲ ਥੱਕੇ ਵੇਦ ਕਹਿਨੇ ਕਵਾਤ। ਪਾਤਾਲ ਆਕਾਸ਼ ਲੱਖ ਓੜ ਕਪਾਲੀ ਖਬਰ ਸੁਣਾਈ। ਦਸਤਗੀਰ ਤਾਂ ਐਂ ਗੁੱਸੇ 'ਚ ਆ ਗਿਆ ਜਿਵੇਂ ਸੱਪ ਨੇ ਡੰਗ ਲਿਆ, ਉਹਦੇ ਸੀਨੇ 'ਤੇ ਸੱਪ ਲਿਟਣ ਲੱਗ ਪਿਆ। ਉਹਨੇ ਕਿਹਾ ਬਾਬਾ ਤੂੰ ਤੀਜੀ ਗਲਤੀ ਕਰ ਲਈ ਹੈ, ਤੂੰ ਇਕੱਲਾ ਰਬਾਬ ਨਾਲ ਗਾਇਆ ਨਹੀਂ, ਤੂੰ ਸਾਡੇ ਇਸਲਾਮ ਦੇ ਖਿਲਾਫ ਵੀ ਬੋਲ ਪਏ। ਪਾਤਸ਼ਾਹ ਨੇ ਕਿਹਾ ਨਹੀਂ ਤੁਹਾਨੂੰ ਭੁਲੇਖਾ ਹੈ। ਕਹਿੰਦਾ ਜੀ ਭੁਲੇਖਾ ਕਿਉਂ ਹੈ? ਸਾਡੇ ਰੱਬ ਨਾਲ ਨੇ ਕਿਹਾ 14 ਲੋਕ ਨੇ, 14 ਤਬਕ, 7 ਪਤਾਲ 7 ਆਕਾਸ਼, ਤੇ ਬਾਬਾ ਤੂੰ ਲੱਖਾਂ ਹੀ ਲੱਖਾਂ ਕਹੀ ਜਾਂਦੇ। ਇਹ ਤਾਂ ਸਾਡੇ ਧਾਰਮਿਕ ਗ੍ਰੰਥ ਦੇ ਉਲਟ ਹੈ। ਸਾਡੇ ਸ਼ਹਿਰ ਵਿੱਚ ਬਹਿ ਕੇ ਸਾਡੇ ਖਿਲਾਫ ਕਹਿੰਦਾ, ਸਾਡਾ ਰੱਬ ਕਹਿੰਦਾ 14 ਨੇ, ਤੂੰ ਲੱਖਾਂ ਕਹਿੰਦਾ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੁਹਾਨੂੰ ਭੁਲੇਖਾ, ਤੁਹਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਸਹੀ ਕਿਹਾ, ਗਲਤ ਨਹੀਂ ਕਿਹਾ। ਸਾਰੇ ਮੁਸਲਮਾਨ ਸ਼ਾਂਤ ਹੋ ਗਏ ਇੱਕਦਮ, ਕਹਿੰਦੇ ਪਾਤਸ਼ਾਹ ਤਾਂ ਸਹੀ ਕਹਿਣ ਲੱਗ ਪਏ। ਸਤਿਗੁਰਾਂ ਕਿਹਾ ਭਾਈ ਹਜ਼ਰਤ ਸਾਹਿਬ ਨੇ ਸਹੀ ਕਿਹਾ, ਹਜ਼ਰਤ ਮੁਹੰਮਦ ਸਾਹਿਬ ਨੇ, ਉਹਨਾਂ ਗਲਤ ਨਹੀਂ ਕਿਹਾ। ਉਹਨਾਂ ਕਿਹਾ 14 ਲੋਕ ਨੇ, 7 ਪਤਾਲ 7 ਆਕਾਸ਼, 14 ਤਬਕ ਨੇ। ਪਾਤਸ਼ਾਹ ਕਹਿੰਦੇ ਉਹਨਾਂ ਸੱਚ ਕਿਹਾ, ਪਰ ਮੈਂ ਵੀ ਸੱਚ ਕਹਿ ਰਿਹਾ, ਪਤਾ ਕਿਉਂ? ਉਹ ਜਿੰਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹ ਨਹੀਂ ਕਹਿੰਦੇ, ਜਿੰਨੇ ਮੈਨੂੰ ਨਜ਼ਰ ਆ ਰਹੇ ਮੈਂ ਕਹਿ ਰਿਹਾ, ਗਲਤ ਕੋਈ ਵੀ ਨਹੀਂ। ਜਿੰਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹ ਨਹੀਂ ਕਹਿ ਦਿੱਤੇ ਉਮਤ ਨੂੰ, ਉਹਨਾਂ ਨੂੰ 14 ਨਜ਼ਰ ਆਏ ਉਹ ਨਹੀਂ 14 ਬੋਲ ਦਿੱਤੇ, ਮੈਨੂੰ ਲੱਖਾਂ ਹੀ ਦਿਸ ਰਹੇ ਨੇ ਕੁਦਰਤ ਵਿੱਚ, ਮੈਂ ਲੱਖਾਂ ਹੀ ਕਹਿ ਰਿਹਾ। ਨਾ ਹਜ਼ਰਤ ਮੁਹੰਮਦ ਸਾਹਿਬ ਨੇ ਗਲਤ ਕਿਹਾ, ਨਾ ਮੈਂ ਗਲਤ ਕਿਹਾ, ਤੁਸੀਂ ਲੋਕ ਸੋਚਣ ਵਾਲੇ ਗਲਤ ਸੋਚ ਰਹੇ। ਦਸਤਗੀਰ ਦੀਆਂ ਅੱਖਾਂ ਚੁੱਪ ਗਈਆਂ। ਹੁਣ ਦਸਤਗੀਰ ਪੀਰ ਬੋਲਿਆ, ਕਹਿੰਦਾ ਬਾਬਾ ਸਿੱਧ ਕਰ ਸਕਦੇ ਵੀ ਲੱਖਾਂ ਪਤਾਲ ਆਕਾਸ਼ ਹੈ, ਸਿੱਧ ਕਰ ਸਕਦੇ? ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਲਾਨ ਕਰਕੇ ਕਿਹਾ ਸਿੱਧ ਕਰ ਸਕਦੇ। ਇੱਕ ਵਾਰ ਆਖੋ ਸਤਨਾਮ ਸ੍ਰੀ। ਬਾਬਾ ਦਿਖਾ ਸਕਦੇ ਲੱਖਾਂ ਪਤਾਲ ਆਕਾਸ਼ ਵਿਖਾ ਸਕਦੇ? ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਖਾ ਸਕਦੇ ਬਈ। ਹੁਣ ਜਿਨ੍ਹਾਂ ਦੇ ਹੱਥ ਵਿੱਚ ਵੱਟੇ ਸੀ ਨਾ ਡਿੱਗ ਪਏ, ਇਹ ਤਾਂ ਵਿਖਾਉਣ ਦੇ ਆ ਗਏ ਨੇ। ਇਹ ਤਾਂ ਇਸ ਚੈਲੰਜ ਨੂੰ ਮੰਨ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਮੈਂ ਵਿਖਾ ਸਕਦੇ। ਸਾਹਿਬ ਨੇ ਕਿਹਾ ਵਿਖਾ ਸਕਦੇ, ਪਰ ਦਸਤਗੀਰ ਇੱਕ ਸ਼ਰਤ ਹੈ ਮੇਰੀ, ਜਿਹਦੇ 'ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੂਹਰੇ ਬਿਠਾ ਦੇ, ਉਹਨੂੰ ਦਿਖਾ ਦਾਂਗਾ। ਜਿਹਦੇ 'ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੂਹਰੇ ਬਿਠਾ ਦੇ, ਮੈਂ ਉਹਨੂੰ ਵਿਖਾ ਸਕਦਾ ਲੱਖਾਂ ਪਤਾਲ ਆਕਾਸ਼। ਬੜੀ ਵੱਡੀ ਕਰਾਮਾਤ ਸੀ ਜੀ। ਪੀਰ ਦਸਤਗੀਰ ਨੇ ਆਪਣੇ ਸੈਂਕੜੇ ਮੁਰੀਦਾਂ ਚੇਲਿਆਂ ਵੱਲ ਨਜ਼ਰ ਮਾਰੀ, ਕਿਹਦੇ 'ਤੇ ਵਿਸ਼ਵਾਸ ਕਰਾਂ, ਕਿਹਦੇ 'ਤੇ ਵਿਸ਼ਵਾਸ ਕਰਾਂ। ਫੈਸਲਾ ਪਤਾ ਕੀ ਕੀਤਾ? ਉਹਨੇ ਆਪਣੇ ਬੇਟੇ ਦੀ ਬਾਂਹ ਪਕੜ ਕੇ ਸਾਰਿਆਂ 'ਚੋਂ ਮੂਹਰੇ ਬਿਠਾ ਦਿੱਤਾ, ਮੇਰੇ ਬੇਟੇ ਨੂੰ ਬਿਠਾ ਦਿਓ, ਮੈਨੂੰ ਵਿਸ਼ਵਾਸ ਹੈ ਮੇਰੇ ਆਪਣੇ ਪੁੱਤ 'ਤੇ, ਹੋਰ ਨਹੀਂ ਕਿਸੇ 'ਤੇ।
ਮੈਨੂੰ ਆਪਣੇ ਬੇਟੇ 'ਤੇ ਵਿਸ਼ਵਾਸ ਹੈ, ਮੈਂ ਸਭ ਮਰੀਜ਼ਾਂ ਨਾਲੋਂ ਆਪਣੇ ਬੇਟੇ 'ਤੇ ਵਿਸ਼ਵਾਸ ਕਰਦੇ, ਇਹਨੂੰ ਵਿਖਾ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲਿਆ ਮੋਹਰੇ ਬਿਠਾ, ਸਾਹਮਣੇ ਬਿਠਾਇਆ। ਉਹਨੂੰ ਪਾਤਸ਼ਾਹ ਨੇ ਕਿਹਾ ਬੇਟਾ ਅੱਖਾਂ ਬੰਦ ਕਰ, ਜੋ ਅਸੀਂ ਕਵਾਂਗੇ ਉਸ ਤਰ੍ਹਾਂ ਕਰ। ਸਾਹਮਣੇ ਪੀਰ ਦਸਤਗੀਰ ਦਾ ਬੇਟਾ ਬਹਿ ਗਿਆ, ਬਸ ਅੱਖਾਂ ਬੰਦ ਕਰਨ ਦੀ ਦੇਰ ਸੀ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕੋ ਸੁਰ ਵਿੱਚ ਕਿਹਾ, ਇੱਕ ਓਂਕਾਰ ਸਤਨਾਮ। ਐਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ। ਪਾਤਸ਼ਾਹ ਉਹਦੇ ਸਾਹਮਣੇ, ਸਰੀਰ ਉਹਦਾ ਉੱਥੇ ਪਿਆ, ਉਹਦੀ ਸੁਰਤ ਨੂੰ ਚੁੱਕ ਕੇ ਲੈ ਗਏ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਅੱਜ ਕਲਾ ਜ਼ਹਿਰ ਕਰਤੀ ਪਾਤਸ਼ਾਹ ਨੇ, ਛਪਾਈ ਨਹੀਂ। ਜੋ ਲੱਖਾਂ ਪਤਾਲ ਆਕਾਸ਼, ਇੱਕੋ ਅੱਖ ਫੁਰਕ ਵਿੱਚ ਸਭ ਦਿਖ ਲਾਈ, ਅੱਖ ਫੁਰਕ ਵਿੱਚ ਸਭ ਦਿਖ ਲਾਈ। ਥੋੜ੍ਹੇ ਮਿੰਟਾਂ ਬਾਅਦ ਜਦੋਂ ਸਰੀਰ ਵਿੱਚ ਸੁਰਤ ਆਈ ਨਾ, ਪਾਤਸ਼ਾਹ ਨੇ ਕਿਹਾ ਦਸਤਗੀਰ ਪੁੱਛ ਆਪਣੇ ਬੇਟੇ ਤੋਂ। ਉਹ ਵੀਰ ਦਸਤਗੀਰ ਦਾ ਬੇਟਾ ਕੁਝ ਦੱਸਣ ਦੇ ਯੋਗ ਹੀ ਨਹੀਂ ਰਿਹਾ। ਉਹਦੀਆਂ ਅੱਖਾਂ 'ਚੋਂ ਨੀਰ ਚੱਲ ਰਿਹਾ ਸੀ, ਇਸ ਤਰ੍ਹਾਂ ਨੀਰ ਡੁੱਲ ਡੁੱਲ ਪੈਂਦਾ, ਚਿਹਰਾ ਸੁਰਖ ਲਾਲ ਹੈ। ਉਹਨੇ ਇੱਕੋ ਗੱਲ ਹੱਥ ਚੁੱਕ ਕੇ ਕਹੀ, ਗੁਰੂ ਨਾਨਕ ਖੁਦਾ ਹੈ, ਖੁਦਾ ਹੈ, ਅੱਲਾ ਹੈ। ਸਭ ਪੈਗਾਮ ਜਿੰਨੀ ਉਮਰ ਸੁਣ ਰਹੀ ਸੀ ਹੈਰਾਨ ਹੋ ਗਏ। ਜਦੋਂ ਪੀਰ ਦਸਤਗੀਰ ਦੇ ਬੇਟੇ ਨੇ ਕਿਹਾ ਗੁਰੂ ਨਾਨਕ ਅੱਲਾ ਹੈ, ਅੱਲਾ ਹੈ, ਅੱਲਾ ਹੈ, ਪੂਰਾ ਬਗਦਾਦ ਗੂੰਜ ਉੱਠਿਆ। ਔਰ ਸਾਧ ਸੰਗਤ, ਫਿਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਨੇ, ਬਾਬਾ ਨਾਨਕ ਤੂੰ ਜ਼ਾਹਰ ਪੀਰ ਹੈ, ਤੂੰ ਜਗਤ ਗੁਰ ਬਾਬਾ ਹੈ, ਜ਼ਾਹਰ ਪੀਰ, ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਆਵਾਜ਼ ਨਾਲ ਪੂਰਾ ਬਗਦਾਦ ਸ਼ਹਿਰ ਪਹੁੰਚ ਗਿਆ।